ਵਕੀਲ ਦੇ ਘਰ ਤੇ ਚਲੀਆਂ ਗੋਲੀਆਂ, ਮੌਕੇ ਤੇ ਮਚੀ ਦਹਿਸ਼ਤ। ਬਾਈਕ ਤੇ ਆਏ ਸੀ ਹਮਲਾਵਰ, ਘਰ ਤੇ ਚਲਾ ਗਏ ਤਾਬੜ ਤੋੜ ਗੋਲੀਆਂ। ਪੰਜਾਬ ਦੀ ਕਾਨੂੰਨ ਵਿਵਸਥਾ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਖਲੋਤੀ ਹੈ। ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਵਕੀਲ ਦੇ ਘਰ ਤੇ ਕੁਝ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਹਾਲਾਂਕਿ ਹਮਲਾਵਰ ਬਾਈਕ ਤੇ ਆਏ ਸੀ ਅਤੇ ਉਹਨਾਂ ਨੇ ਘਰ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਘਰ ਦੇ ਗੇਟ ਤੇ ਗੋਲੀਆਂ ਦੇ ਨਿਸ਼ਾਨ ਵਿਖਾਈ ਦੇ ਰਹੇ ਹਨ। ਹਾਲਾਂਕਿ ਇਹ ਗੋਲੀਆਂ ਘਰ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਨਹੀਂ ਲੱਗੀਆਂ, ਪਰ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇੱਕ ਕੇਸ ਨੂੰ ਲੈ ਕੇ ਇਸ ਵਕੀਲ ਨੂੰ ਪਹਿਲਾਂ ਵੀ ਕਈ ਧਮਕੀਆਂ ਮਿਲ ਚੁੱਕੀਆਂ ਸੀ, ਪਰ ਹੁਣ ਹਮਲਾਵਰ ਬਾਈਕ 'ਤੇ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਘਰ 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਹਮਲਾ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਵੀਡੀਓ ਬਣਾ ਕੇ ਵੀ ਵਕੀਲ ਨੂੰ ਭੇਜੀ ਜਾਂਦੀ ਹੈ ਅਤੇ ਫਿਰ ਧਮਕੀ ਦਿੱਤੀ ਜਾਂਦੀ ਹੈ ਕਿ ਅਸੀਂ ਗੋਲੀਆਂ ਚਲਾ ਦਿੱਤੀਆਂ ਨੇ, ਅਗਾਂਹ ਇਸ ਤੋਂ ਵੀ ਮਾੜਾ ਹੋ ਸਕਦਾ। ਤੁਹਾਨੂੰ ਦੱਸ ਦਈਏ ਕਿ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਸਹਿਮ ਦਾ ਮਾਹੌਲ ਹੈ। ਪੁਲਿਸ ਦੇ ਵੱਲੋਂ ਆਸੇ ਪਾਸੇ ਦੀਆਂ CCTV ਤਸਵੀਰਾਂ ਖੰਗਾਲੀਆਂ ਜਾ ਰਹੀਆਂ ਨੇ ਅਤੇ ਅੱਗੇ ਦੀ ਜੋ ਕਾਰਵਾਈ ਹੈ ਉਹ ਸ਼ੁਰੂ ਕੀਤੀ ਗਈ ਹੈ। ਗੁਰਮੋਹਨ ਸਿੰਘ ਵਰੀ ਜਿਹੜੇ ਐਡਵੋਕੇਟ ਨੇ, ਉਹਨਾਂ ਦੇ ਘਰ ਫਾਇਰ ਹੋਇਆ, ਦੋ ਆ ਨਿਸ਼ਾਨ ਵੀ ਨਜ਼ਰ ਆ ਰਹੇ ਆ ਉਹਨਾਂ ਦੇ ਗੇਟ ਦੇ ਉੱਪਰ, ਔਰ ਇਹੀ ਪਤਾ ਲੱਗਿਆ ਕਿ ਕਿਸੇ ਦਾ ਕੇਸ ਲੜ ਰਹੇ ਸੀਗੇ। ਔਰ ਦੂਜੇ ਪਾਸਿਓਂ ਉਹਨਾਂ ਨੇ ਪਹਿਲਾਂ ਵੀ ਇਹਨਾਂ ਨੂੰ ਧਮਕੀ ਭੇਜੀ ਵੀ ਤੁਸੀਂ ਇਸ ਕੇਸ ਨੂੰ ਨਾ ਡੀਲ ਕਰੋ, ਨਾ ਲੜੋ, ਪਰ ਇਹ ਐਡਵੋਕੇਟ ਇਹਨਾਂ ਦਾ ਪੇਸ਼ਾ ਹੈ ਔਰ ਅੱਜ ਉਹਨਾਂ ਨੇ ਸ਼ਰਿਆਮ ਆ ਕੇ ਇੱਥੇ ਗੋਲੀਆਂ ਵੀ ਚਲਾਈਆਂ ਔਰ ਉਸ ਤੋਂ ਬਾਅਦ ਇਹਨਾਂ ਨੂੰ ਵੀਡੀਓ ਵੀ ਭੇਜੀ ਇੱਕ ਕਿ ਦੇਖ ਲੈ ਵੀ ਇਹ ਤੇਰੇ ਅਸੀਂ ਗੋਲੀਆਂ ਚਲਾ ਕੇ ਚੱਲੇ ਹਾਂ ਔਰ ਇਹ ਤੂੰ ਵੀਡੀਓ ਵੀ ਦੇਖ ਲੈ ਅਤੇ ਹੁਣ ਤੈਨੂੰ ਦੂਸਰੀ ਤਰ੍ਹਾਂ ਸਿੱਝਾਂਗੇ। ਇਹੋ ਜਿਹੇ ਹਾਲਾਤ ਅੱਜ ਜਲੰਧਰ ਦੇ ਹੋ ਰਹੇ ਆ। ਅਸੀਂ ਇੱਕ ਦਿਨ ਪਹਿਲਾਂ ਬਾਈਕ 'ਤੇ ਆਏ ਆ, ਕੋਈ CCTV ਸਾਹਮਣੇ ਆਈ ਸੀ? CCTV ਇਹਨਾਂ ਕੋਲ ਹੈਗੀ ਆ ਜੀ, ਕੈਮਰਾ। ਦੋ ਜਣੇ, ਦੋ ਫਾਇਰ ਕੀਤੇ ਉਹਨਾਂ ਨੇ ਔਰ ਕੋਲ ਵਗੈਰਾ ਬਰਾਮਦ ਹੋਏ? ਕੋਇਲ ਨਹੀਂ, ਬਰਾਮਦ ਹੋਏ ਇਹਨਾਂ ਦੇ ਗੇਟ ਤੋਂ ਚੰਗੇ ਨਿਸ਼ਾਨ। ਵਕੀਲ ਦੇ ਘਰ 'ਤੇ ਚਲੀਆਂ ਗੋਲੀਆਂ, ਮੌਕੇ 'ਤੇ ਮਚੀ ਦਹਿਸ਼ਤ। ਬਾਈਕ 'ਤੇ ਆਏ ਸੀ ਹਮਲਾਵਰ, ਘਰ 'ਤੇ ਚਲਾ ਗਏ ਤਾਬੜ ਤੋੜ ਗੋਲੀਆਂ। ਪੰਜਾਬ ਦੀ ਕਾਨੂੰਨ ਵਿਵਸਥਾ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਖਲੋਤੀ ਹੈ। ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਵਕੀਲ ਦੇ ਘਰ 'ਤੇ ਕੁਝ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਹਾਲਾਂਕਿ ਹਮਲਾਵਰ ਬਾਈਕ 'ਤੇ ਆਏ ਸੀ ਅਤੇ ਉਹਨਾਂ ਨੇ ਘਰ 'ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਘਰ ਦੇ ਗੇਟ 'ਤੇ ਗੋਲੀਆਂ ਦੇ ਨਿਸ਼ਾਨ ਵਿਖਾਈ ਦੇ ਰਹੇ ਹਨ। ਹਾਲਾਂਕਿ ਇਹ ਗੋਲੀਆਂ ਘਰ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਨਹੀਂ ਲੱਗੀਆਂ, ਪਰ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇੱਕ ਕੇਸ ਨੂੰ ਲੈ ਕੇ ਇਸ ਵਕੀਲ ਨੂੰ ਪਹਿਲਾਂ ਵੀ ਕਈ ਧਮਕੀਆਂ ਮਿਲ ਚੁੱਕੀਆਂ ਸੀ, ਪਰ ਹੁਣ ਹਮਲਾਵਰ ਬਾਈਕ 'ਤੇ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਘਰ 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਹਮਲਾ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਵੀਡੀਓ ਬਣਾ ਕੇ ਵੀ ਵਕੀਲ ਨੂੰ ਭੇਜੀ ਜਾਂਦੀ ਹੈ ਅਤੇ ਫਿਰ ਧਮਕੀ ਦਿੱਤੀ ਜਾਂਦੀ ਹੈ ਕਿ ਅਸੀਂ ਗੋਲੀਆਂ ਚਲਾ ਦਿੱਤੀਆਂ ਨੇ, ਅਗਾਂਹ ਇਸ ਤੋਂ ਵੀ ਮਾੜਾ ਹੋ ਸਕਦਾ। ਤੁਹਾਨੂੰ ਦੱਸ ਦਈਏ ਕਿ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਸਹਿਮ ਦਾ ਮਾਹੌਲ ਹੈ। ਪੁਲਿਸ ਦੇ ਵੱਲੋਂ ਆਸੇ ਪਾਸੇ ਦੀਆਂ CCTV ਤਸਵੀਰਾਂ ਖੰਗਾਲੀਆਂ ਜਾ ਰਹੀਆਂ ਨੇ ਅਤੇ ਅੱਗੇ ਦੀ ਜੋ ਕਾਰਵਾਈ ਹੈ ਉਹ ਸ਼ੁਰੂ ਕੀਤੀ ਗਈ ਹੈ। ਗੁਰਮੋਹਨ ਸਿੰਘ ਵਰੀ ਜਿਹੜੇ ਐਡਵੋਕੇਟ ਨੇ, ਉਹਨਾਂ ਦੇ ਘਰ ਫਾਇਰ ਹੋਇਆ, ਦੋ ਆ ਨਿਸ਼ਾਨ ਵੀ ਨਜ਼ਰ ਆ ਰਹੇ ਆ ਉਹਨਾਂ ਦੇ ਗੇਟ ਦੇ ਉੱਪਰ, ਔਰ ਇਹੀ ਪਤਾ ਲੱਗਿਆ ਕਿ ਕਿਸੇ ਦਾ ਕੇਸ ਲੜ ਰਹੇ ਸੀਗੇ। ਔਰ ਦੂਜੇ ਪਾਸਿਓਂ ਉਹਨਾਂ ਨੇ ਪਹਿਲਾਂ ਵੀ ਇਹਨਾਂ ਨੂੰ ਧਮਕੀ ਭੇਜੀ ਵੀ ਤੁਸੀਂ ਇਸ ਕੇਸ ਨੂੰ ਨਾ ਡੀਲ ਕਰੋ, ਨਾ ਲੜੋ, ਪਰ ਇਹ ਐਡਵੋਕੇਟ ਇਹਨਾਂ ਦਾ ਪੇਸ਼ਾ ਹੈ ਔਰ ਅੱਜ ਉਹਨਾਂ ਨੇ ਸ਼ਰਿਆਮ ਆ ਕੇ ਇੱਥੇ ਗੋਲੀਆਂ ਵੀ ਚਲਾਈਆਂ ਔਰ ਉਸ ਤੋਂ ਬਾਅਦ ਇਹਨਾਂ ਨੂੰ ਵੀਡੀਓ ਵੀ ਭੇਜੀ ਇੱਕ ਕਿ ਦੇਖ ਲੈ ਵੀ ਇਹ ਤੇਰੇ ਅਸੀਂ ਗੋਲੀਆਂ ਚਲਾ ਕੇ ਚੱਲੇ ਹਾਂ ਔਰ ਇਹ ਤੂੰ ਵੀਡੀਓ ਵੀ ਦੇਖ ਲੈ
ਤੇ ਹੁਣ ਤੈਨੂੰ ਦੂਸਰੀ ਤਰ੍ਹਾਂ ਸਿੱਝਾਂਗੇ। ਇਹੋ ਜਿਹੇ ਹਾਲਾਤ ਅੱਜ ਜਲੰਧਰ ਦੇ ਹੋ ਰਹੇ ਆ। ਅਸੀਂ ਇੱਕ ਦਿਨ ਪਹਿਲਾਂ ਆਏ ਸੀਗੇ ਬੰਦੇ, ਕੁਝ ਪਤਾ ਲੱਗਿਆ? ਆ ਬਾਈਕ ਤੇ ਆਏ ਆ। ਕੋਈ ਸੀਸੀ ਫੁਟੇਜ ਸਾਹਮਣੇ ਆਈ ਇਸਦੀ? ਸੀਸੀ ਫੁਟੇਜ ਇਹਨਾਂ ਕੋਲ ਹੈਗੀ ਆ ਜੀ। ਕਿੰਨੇ ਕੈਮਰਾ? ਦੋ ਜਣੇ, ਦੋ ਫਾਇਰ ਕੀਤੇ ਉਹਨਾਂ ਨੇ। ਔਰ ਕੋਲ ਵਗੈਰਾ ਬਰਾਮਦ ਹੋਏ? ਕੋਇਲ ਨਹੀਂ ਬਰਾਮਦ ਹੋਏ, ਇਹਨਾਂ ਦੇ ਗੇਟ ਤੋਂ ਚੰਗੇ ਨਿਸ਼ਾਨ